ਬਠਿੰਡਾ ਲੋਕ ਸਭਾ ਤੋਂ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਚਾਰ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਹਲਕੇ 'ਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ, ਜਿੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਉਹਨਾਂ ਦਾ ਛੋਟਾ ਭਰਾ, ਉਹਨਾਂ ਦੇ ਖਿਲਾਫ਼ ਉਹ ਕੁਝ ਨਹੀਂ ਬੋਲਣਾ ਚਾਹੁੰਦੀ, ਪਰ ਕਾਂਗਰਸ ਦੀ ਇਹ ਪ੍ਰਥਾ ਰਹੀ ਹੈ ਕਿ ਉਹ ਡਰਾਉਣਾ, ਧਮਕਾਉਣਾ ਅਤੇ ਖਰੀਦਣਾ ਹਰ ਚੋਣਾਂ 'ਚ ਕਰਦੇ ਨੇ। ਉਹਨਾਂ ਕਿਹਾ ਕਿ ਉਹ ਵਿਕਾਸ ਦੇ ਮੁੱਦੇ 'ਤੇ ਚੋਣ ਲੜ ਰਹੇ ਨੇ ਅਤੇ ਕਾਂਗਰਸ ਬੇਸ਼ੱਕ ਆਪਣਾ ਵੱਡਾ ਰਾਜਾ ਉਤਾਰ ਦੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਉਹ ਛੋਟੇ ਰਾਜੇ ਨੂੰ ਵੱਡੇ ਰਾਜੇ ਦੇ ਮੁੰਡੇ ਤੋਂ ਵੀ ਵੱਧ ਵੋਟਾਂ ਦੇ ਨਾਲ ਹਰਾ ਕੇ ਭੇਜਣਗੇ। ਦੇਖੋ ਛੋਟਾ ਵੀਰ ਹੈ, ਉਹਦੇ ਬਾਰੇ ਮੈਂ ਕੀ ਕਵਾਂ। ਹੁਣ ਕਾਂਗਰਸ ਪਾਰਟੀ ਬੁਖਲਾਈ ਹੋਈ ਹੈ, ਜਿਹਦੇ ਕਰਕੇ ਇਕੱਲੇ ਕਦੇ ਕਿਸੇ ਦੂਜੇ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਰਹੀ ਹੈ, ਕਿਸੇ ਵਕਰਾਂ ਨੂੰ ਖਰੀਦ ਰਹੀ ਹੈ, ਆਮ ਆਦਮੀ ਨੂੰ ਕਦੇ ਗਰੀਬ ਦੇ ਘਰ 'ਚ ਜਾ ਕੇ ਡਰਾਮਾ, ਉੱਥੇ ਦੋ ਪੈਸੇ ਕਿਤੇ ਦੋ ਪੈਸੇ, ਡਰਾਉਣਾ, ਧਮਕਾਉਣਾ, ਖਰੀਦਣਾ ਆਪਦੇ ਕੰਮਾਂ ਦੇ ਜ਼ੋਰ 'ਚ ਆਧਾਰ 'ਚ ਲੋਕਾਂ ਦੇ ਵਿੱਚ ਆ ਹੀ ਨਹੀਂ ਆ ਸਕਦੇ, ਜਿਹਦੇ ਕਰਕੇ ਇਹਨਾਂ ਨੂੰ ਇਹੋ ਜਿਹੇ ਹੱਥਕੰਡੇ ਅਪਣਾਉਣੇ ਪੈ ਰਹੇ ਨੇ। ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਇਹ ਜਿੰਨੀ ਵੀ ਵਿਰੋਧੀ ਪਾਰਟੀਆਂ ਆਈਆਂ ਨੇ, ਇਹ ਸਿਰਫ ਇਸ ਇਲਾਕੇ ਦਾ ਨੁਕਸਾਨ ਕਰਨ ਵਾਸਤੇ ਆਈਆਂ ਨੇ। ਬੇਨਤੀ ਹੈ ਇਹਨਾਂ ਨੂੰ ਮੂੰਹ ਨਾ ਲਾਓ, ਆਉਣ ਵਾਲੀ 19 ਤਰੀਕ ਨੂੰ ਮੂੰਹ ਤੋੜ ਇਹਨਾਂ ਨੂੰ ਜਵਾਬ ਦੇ ਕੇ ਦਿੱਲੀ ਤੋਂ ਲੈ ਕੇ ਪੰਜਾਬ ਤਾਈਂ ਆਪਣੀ ਸਰਕਾਰ ਬਣਾ ਕੇ ਆਉਣ ਵਾਲੀ 2022 'ਚ ਆਪਣੀ ਸਰਕਾਰ ਆਉਣ ਵਾਸਤੇ ਵੱਡੀ ਤਕੜੀ ਨੀਂਵ ਰੱਖੋ। ਖੈਰ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ, ਜਦੋਂ ਤੱਕ ਚੋਣਾਂ ਹੋ ਨਹੀਂ ਜਾਂਦੀਆਂ ਸਿਆਸੀ ਦੁਸ਼ਣਬਾਜ਼ੀਆਂ ਸਾਹਮਣੇ ਆਉਂਦੀਆਂ ਰਹਿਣਗੀਆਂ। ਬਠਿੰਡਾ ਤੋਂ ਮਨੀਸ਼ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।